स्टार्ट होने लगा। हाँ जी ते लेट्स गो बैक। मैं फाइल खोलने लगा वहां सोना जी अपना ताड़ी openlearning.com तुसी स्क्रीन देख सकते हो सारे? हाँ जी yeah. आ रहे ना? ठीक है गुड। ते एक सेकंड मैं तुम सारे मैसेज पे जैसे क्लिक करना ऑफ कोर्स सर्च कंटेंट व्हिच आर ऑनलाइन एंड ओदे बाद नो हेड करके लर्निंग अपन है गए हैं 6-7 ना अंग नंबर 6 राइट ओके ਤੇ ਅੰਗ ਨੰਬਰ 6 ਜਿਹੜਾ ਆਖੇ ਦੀ ਪੌੜੀ ਦੇ ਨਾਲ ਵਿੱਚੋਂ ਮਿਡਲ ਤੋਂ ਸ਼ੁਰੂ ਹੁੰਦਾ ਹੈ ਨਾ ਤੇ ਦਿਸ ਅੰਗ ਸਟਾਰਟਸ ਫਰੋਮ ਆਖੇ ਗੋਪੀ ਤਾਂ ਗੋਵਿੰਦ ਨੋ ਕਈ ਲੋਕ ਸੋਚਦੇ ਨੇ ਕਿ ਇਹਨਾਂ ਨੂੰ ਪਤਾ ਨਹੀਂ ਗੋਪੀ ਕ੍ਰਿਸ਼ਨਾ ਈਸ਼ਰ ਬ੍ਰਹਮਾ ਇਹਨਾਂ ਦੀ ਗੱਲ ਕਿਉਂ ਕੀਤੀ ਹੈ ਬਟ ਗੁਰੂ ਸਾਹਿਬ ਬੇਸਿਕਲੀ ਸੇਇੰਗ ਦੈਟ ਜਿਹਨਾਂ ਲੋਕਾਂ ਨੂੰ ਦ ਪੀਪਲ ਹੂ ਵੀ ਥਿੰਕ ਆਰ ਗੋਡਸ ਐਂਡ ਪੀਪਲ ਹੂ ਵੀ ਥਿੰਕ ਆਰ ਵੈਰੀ ਗ੍ਰੇਟ ਜਿਹਨਾਂ ਨੂੰ ਪੀਪਲ ਪੂਜਾ ਕਰਦੇ ਨੇ ਜਿਹੜੇ ਉਹ ਵੀ ਜਿਹੜੇ ਨੇ ਦੇ ਆਰ ਆਲਸੋ ਸੀਕਿੰਗ ਦੇਅਰ ਬਲੈਸਿੰਗਸ ਫਰੋਮ ਆਲ ਮਾਈਟੀ ਵਾਹਿਗੁਰੂ ਜੀ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਗੁਰੂ ਸਾਹਿਬ ਕਹ ਰਹੇ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਈਵਨ ਦਾ ਦਾਨਵ ਦਾ ਡੀਮਨਸ ਜਿਹਨਾਂ ਨੂੰ ਤੂੰ ਡੀਮਨ ਰਾਕਸ਼ਸ ਕਹਿ ਲਓ ਤੇ ਦੇਵ ਜਾਣੇ ਜਿਹੜੇ ਲੋਕਾਂ ਨੂੰ ਡੀਮਨ ਤੇ ਡੈਮਨ ਦੇਵ ਬੇਸਿਕਲੀ ਬੜਾ ਸਿੰਪਲ ਜਿਹਾ ਅੱਖਰ ਹੈਗਾ ਇਹ ਕੋਈ ਡੈਮਨ ਵਗੈਰਾ ਦੀ ਗੱਲ ਨਹੀਂ ਚੱਲ ਰਹੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਦਾਨਵ ਆਉਂਦੇ ਨੇ ਉਹ ਲੋਕਾਂ ਤੋਂ ਚੀਜ਼ ਖੋ ਕੇ ਖਾਣ ਵਾਲੇ ਨੇ ਦੇ ਆਰ ਲਾਈਕ ਐਨੀਮਲਸ ਦੇ ਆਰ ਲਿਵਿੰਗ ਲਾਈਕ ਹਿਊਮਨ ਬੀਇੰਗਸ ਪਰ ਦੇ ਥਿੰਕ ਇਨ ਅ ਵੇ ਕਿ ਅਸੀਂ ਲੋਕਾਂ ਕੋਲੋਂ ਖੋ ਕੇ ਖਾਣਾ ਤੇ ਜਿਹੜੇ ਦੇਵ ਨੇ ਉਹ ਦੇਵਦੇ ਨੇ ਉਹ ਦਿੰਦੇ ਨੇ ਲੋਕਾਂ ਨੂੰ ਆਪਣਾ ਦੇ ਸ਼ੇਅਰ ਵਿਦ ਅਦਰਸ ਤੇ ਦੋਨੋਂ ਜਿਹੜੇ ਨੇ ਉਹ ਪਰਮਾਤਮਾ ਨੂੰ ਯਾਦ ਕਰਦੇ ਨੇ ਕਿਉਂਕਿ ਦੋਨੋਂ ਪਰਮਾਤਮਾ ਦੇ ਅਧੀਨ ਨੇ ਦੇ ਆਰ ਬੋਥ ਅੰਡਰ ਵਾਹਿਗੁਰੂ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਹਿੰਦੇ ਸੁਰ ਨਰ ਮੁੰਜਨ ਇਹ ਅਲੱਗ ਅਲੱਗ ਕੈਟੇਗਰੀਜ਼ ਨੇ ਸੁਰ ਨਰ ਜਿੱਦਾਂ ਅਗੇਨ ਸੁਰ ਸੰਡਾ ਸੂਰਾ ਮੁੰਨ ਜਿਹੜੇ ਮੁੰਨੀ ਹੁੰਦੇ ਨੇ ਜਿਹੜੇ ਜਨ ਨੇ ਜਿਹੜੇ ਸੇਵਕ ਸਾਰੇ 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 ਤੇਰੇ ਨਾਂ ਲੈ ਰਹੇ ਨੇ ਕਿਤੇ ਆਖੇ ਆਖਣ ਪਾਏ ਦੇਰ ਸੋ ਮੈਨੀ ਪੀਪਲ ਹੂ ਆਰ ਟੇਕਿੰਗ ਯੋਰ ਨੇਮ ਕਿਤੇ ਕਹਿ ਕਹਿ ਉੱਠ ਜਾਏ ਟੇਕਿੰਗ ਯੋਰ ਨੇਮ ਦੇ ਕੀਪ ਡਾਇੰਗ ਐਂਡ ਗੈਟਿੰਗ ਰੀਬੋਰਨ ਅਗੇਨ ਅਗੇਨ ਐਂਡ ਅਗੇਨ ਕਿਤੇ ਕਹਿ ਕਹਿ ਉੱਠ ਉੱਠ ਜਾਏ ਮੀਨਸ ਮਰਦੇ ਜਾਂਦੇ ਨੇ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਕਹਿੰਦੇ ਜੇ ਇੰਨੇ ਜਿੰਨੇ ਹੋ ਗਏ ਨੇ ਉਹਨੇ ਹੋਰ ਵੀ ਕਰ ਦੇਣ ਔਰ ਜਿੰਨੇ ਮਰਜ਼ੀ ਕਹਿ ਦੇਣ ਸਟਿਲ ਦੇ ਕੈਨ ਨਾਟ ਸੇ ਹਾਊ ਗ੍ਰੇਟ ਯੂ ਆਰ ਵਾਹਿਗੁਰੂ ਸਾਰੇ ਬੋਲੋ ਜੀ ਵਾਹਿਗੁਰੂ ਤੇ ਜੇਵਟ ਭਾਵੇ ਤੇਵਟ ਹੋਏ ਨਾਨਕ ਜਾਣਾ ਸੱਚਾ ਸੋਏ ਉਹ ਉਨਾ ਗ੍ਰੇਟ ਹੈ ਵਾਹਿਗੁਰੂ ਜਿੰਨਾ ਉਹ ਹੋ ਸਕਦਾ ਜਿੰਨਾ ਉਹ ਚਾਹੁੰਦਾ ਹੁਣ ਉਹਦੀ ਕੋਈ ਲਿਮਿਟ ਨਹੀਂ ਉਹਦੀ ਗ੍ਰੇਟਨੈਸ ਦੀ ਅਸੀਂ ਉਹਨੂੰ ਪਛਾਣ ਨਹੀਂ ਸਕਦੇ ਨਾਨਕ ਜਾਣੇ ਸੱਚਾ ਸੋਏ ਉਹ ਆਪੇ ਜਾਣਦਾ ਹੀ ਓਨਲੀ ਨੋਸ ਹਾਊ ਗ੍ਰੇਟ ਹੀ ਇਸ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਜੇ ਕੋਈ ਕਹਿ ਦੇਵੇ ਕਿ ਆਈ ਨੋ ਦੈਟ ਗੋਡ ਕਿੰਨਾ ਗ੍ਰੇਟ ਆਈ ਨੋ ਗੋਡ ਵੈਰੀ ਵੈਲ ਤੇ ਉਹ ਬੋਲ ਵਿਗਾੜ ਕਰ ਰਿਹਾ ਹੀ ਪ੍ਰੈਜੈਂਟਿੰਗ ਦ ਫੈਕਟਸ ਇਨ ਅ ਵੈਰੀ ਵੈਰੀ ਮੈਨੀਪੂਲੇਟਿਵ ਵੇ ਤਾਂ ਲਿਖੀਏ ਸਿਰ ਗਵਾਰਾ ਗਵਾਰ ਹੀ ਇਜ਼ ਦ ਈਡੀਅਟ ਆਫ ਈਡੀਅਟ ਫੂਲਸ ਆਫ ਫੂਲਸ ਫਿਰ ਗੁਰੂ ਸਾਹਿਬ ਅੱਗੇ ਕਿਰਪਾ ਕਰਦੇ ਨੇ ਕਹਿੰਦੇ ਨੇ ਸੋਦਰ ਕਿਹਾ ਦੀ ਪੌੜੀ ਜਿਹੜੀ ਰੜਾ ਸਾਹਿਬ 'ਚ ਵੀ ਆਉਂਦੀ ਹੈ ਸੋਦਰ ਕਿਹਾ ਹਾਊ ਵੁੱਡ ਬੀ ਦੈਟ ਪਲੇਸ ਕਿੰਨੀ ਸੋਹਣੀ ਜਗ੍ਹਾ ਹੋਏਗੀ ਉਹ ਸੋ ਘਰ ਕਿਹਾ ਉਹ ਘਰ ਕਿੰਨਾ ਸੋਹਣਾ ਹੋਏਗਾ ਦੈਟ ਹਾਊਸ ਵੁੱਡ ਬੀ ਸੋ ਬਿਊਟੀਫੁਲ ਜਿੱਤ ਪੈ ਸਰਵ ਸੰਭਾਲੇ ਵੇਅਰ ਯੂ ਸਿੱਟ ਵਾਹਿਗੁਰੂ ਐਂਡ ਯੂ ਕੰਟਰੋਲ ਦ ਵਰਲਡ ਅਰਾਊਂਡ ਅਸ ਯੂ ਕੰਟਰੋਲ ਅਸ ਯੂ ਕੰਟਰੋਲ ਐਵਰੀਥਿੰਗ ਅਰਾਊਂਡ ਅਸ ਉਹ ਕਿੰਨਾ ਸੋਹਣਾ ਹੋਏ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਉਣ ਹਾਰੇ ਕਹਿੰਦੇ ਕਿੰਨੇ ਨਾਦ ਕਿੰਨੇ ਅਸੰਖਾ ਕਾਊਂਟਲੈਸ ਜਿਹੜੇ ਨੇ ਤੇਰੇ ਮਿਊਜ਼ੀਸ਼ੀਅਨਸ ਤੇਰੇ ਕੋਰਟ ਵਿੱਚ ਰਾਗ ਪਲੇ ਕਰ ਰਹੇ ਹੋਣਗੇ ਕਿਤੇ ਰਾਗ ਪਰੀ ਸੋ ਕਈ ਹਨ ਕਿਤੇ ਗਾਉਣ ਹਾਰੇ ਕਿੰਨੇ ਰਾਗ ਕਿੰਨੀਆਂ ਪਰੀਆਂ ਕਿੰਨੇ ਏਂਜਲਸ ਖਲੋ ਕੇ ਤੇਰੇ ਅੱਗੇ ਤੇਰੀ ਸਜਦਾ ਕਰ ਰਹੇ ਹੋਣਗੇ ਦੇ ਮਸਟ ਬੀ ਪ੍ਰੇਜ਼ਿੰਗ ਯੂ ਗਾਵੇ ਤੁਨੋ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਪੌਣ ਪਾਣੀ ਪੌਣ ਮੀਨਸ ਏਅਰ ਹਵਾ ਪਾਣੀ ਮੀਨਸ ਵਾਟਰ ਬਸੰਤਰ ਮੀਨਸ ਅੱਗ ਆਲ ਦੀਸ ਐਲੀਮੈਂਟਸ ਵਿਚ ਆਰ ਇੰਪੋਰਟੈਂਟ ਫੋਰ ਲਾਈਫ ਆਰ ਆਲ ਗੋਇੰਗ ਟੂ ਯੂ ਇਨ ਯੋਰ ਕੋਰਟ ਐਂਡ ਦੇ ਲੁੱਕ ਫਾਰਵਰਡ ਟੂ ਯੂ ਫਾਰ ਯੋਰ ਕਮਾਂਡ ਐਂਡ ਰਗਾਵੇ ਰਾਜਾ ਧਰਮ ਦੁਆਰੇ ਈਵਨ ਦ ਪਰਸਨ ਹੂ ਯੂ ਐਂਟਾਈਟਲਡ ਟੂ ਗਿਵ ਅਸ ਯੂ ਆਰ ਕੰਟਰੋਲਿੰਗ ਅਵਰ ਗੁੱਡ ਐਂਡ ਬੈਡ ਡੀਡਸ ਦੈਟ ਪਰਸਨ ਆਲ ਦੋਸ ਪੀਪਲ ਹੂ ਵੀ ਥਿੰਕ ਆਰ ਕੰਟਰੋਲਿੰਗ ਅਸ ਆਰ ਅੰਡਰ ਯੂ ਗਾਵੇ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਕਿੰਨੇ ਲੋਕਾਂ ਨੂੰ ਤੂੰ ਡਿਊਟੀਆਂ ਦਿੱਤੀਆਂ ਨੇ ਸੰਸਾਰ ਚਲਾਉਣ ਲਈ ਉਹ ਸਾਰੇ ਤੇਰੇ ਅੰਡਰ ਨੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਹੁਣ ਇੱਥੇ ਗੁਰੂ ਸਾਹਿਬ ਕਹਿ ਦਿੰਦੇ ਨੇ ਜਿਹਨਾਂ ਲੋਕਾਂ ਨੂੰ ਅਸੀਂ ਈਸ਼ਰ ਬਰਮਾ ਜਾਂ ਬ੍ਰਹਮਾ ਵਿਸ਼ਨੂੰ ਅੱਗੇ ਉਹਨਾਂ ਦੀ ਗੱਲ ਕਰਨਗੇ
ਕਹਿੰਦੇ ਅਸੀਂ ਮੰਨਦੇ ਹਾਂ, ਕਿਉਂਕਿ ਪੁਰਾਣੇ ਜ਼ਮਾਨੇ 'ਚ ਗੁਰੂ ਸਾਹਿਬ ਨੇ ਅੱਗੇ ਅੱਗੇ ਇਹ ਵੀ ਕਿਹਾ, ਕਿਤੇ ਬਰਮੇ ਕਾੜਤ ਕੜੀਏ, ਕਿਤੇ ਪਾਤ ਨਰਿੰਦਰ, ਬਰਮੇ ਕਿੰਨੇ ਨੇ, ਇੱਕ ਨਹੀਂ ਹੈਗਾ। ਅਤੇ ਵਾਟ ਹੈਪਨ ਇਨ ਓਲਡਨ ਡੇਜ਼, ਪੁਰਾਣੇ ਪੁਰਾਣੇ ਦੇ ਵਾਜ਼ ਨੋ ਟੈਕਨੋਲੋਜੀ, ਕੋਈ ਈਮੇਲ ਨਹੀਂ ਸੀ, ਕੋਈ ਫੋਨ ਨਹੀਂ ਚੱਲਦਾ ਸੀ, ਅਤੇ ਇੱਕ ਸਮਝ ਲਓ ਸ਼ਹਿਰ ਹੈ ਉਹਦੇ ਲਾਗੇ ਛਾਗੇ 100 ਪਿੰਡ ਨੇ, 100 ਵਿਲੇਜਸ ਨੇ, ਐਂਡ ਇਨ ਦੈਟ ਏਰੀਆ ਸਮਬਡੀ ਇਜ਼ ਵੈਰੀ ਵੈਰੀ ਰਿਚ ਐਂਡ ਹੀ ਗਿਵਸ ਫਰੀ ਥਿੰਗਸ ਟੂ ਪੀਪਲ, ਹੀ ਹੈਲਪਸ ਪੀਪਲ, ਹੀ ਸੋਲਵਸ ਹਿਸ ਅਫੇਅਰਸ, ਉਹਨੂੰ ਲੋਕ ਰਾਮ ਕਹਿੰਦੇ ਸੀ, ਇਹ ਬੰਦਾ ਰਾਮ ਹੈ, ਇਹ ਬੰਦਾ ਰੱਬ ਵਰਗਾ। ਇੱਦਾਂ ਕਰਦੇ ਕਰਦੇ ਪਤਾ ਨਹੀਂ ਕਿੰਨੇ ਰਾਮ ਬਣ ਗਏ, ਫਿਰ ਬਾਅਦ ਚੋਂ ਰਮਾਇਣਾ ਬਣ ਗਈ ਇੱਕ ਰਾਮ ਬਾਰੇ, ਬਟ ਦੈਟਸ ਮੈਥੋਲੋਜੀ। ਗੁਰੂ ਜੀ ਇਹ ਕਹਿਣਾ ਚਾਹ ਰਹੇ ਨੇ, ਇੱਦਾਂ ਦੇ ਸਾਰੇ ਬੰਦੇ, ਆਲ ਦੀਸ ਪੀਪਲ ਜੋ ਲੋਕਾਂ ਨੂੰ ਵੰਡਦੇ ਨੇ, ਲੋਕਾਂ ਨੂੰ ਖੁਸ਼ ਕਰਦੇ ਨੇ, ਜਿਹਨਾਂ ਨੂੰ ਤੁਸੀਂ ਆਪਣਾ ਰੱਬ ਮੰਨਣ ਲੱਗ ਜਾਂਦੇ ਹੋ, ਗੋਡ ਮੰਨਣ ਲੱਗ ਜਾਂਦੇ ਹੋ, ਉਹ ਵੀ ਤੇਰੇ ਦਰਬਾਰ ਵਿੱਚੋਂ ਮੰਗਦੇ ਨੇ। ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੇ ਇੰਦਰ ਦਾਸਨ ਬੈਠੇ ਦੇਵਤ ਦੇ ਦਰਨਾਲ, ਜਿਹਨੂੰ ਤੁਸੀਂ ਇੰਦਰ ਕਹਿੰਦੇ ਹੋ, ਜਿਹੜੇ ਹਿੰਦੂ ਮੈਥੋਲੋਜੀ ਇੰਦਰ, ਇੰਦਰ ਨੂੰ ਦ ਕਿੰਗ ਆਫ ਗੋਡਸ ਕਹਿੰਦੇ ਨੇ। ਗੋਡ ਦਾ ਵੀ, ਗੋਡਸ ਦਾ ਵੀ ਕਿੰਗ ਬਣਾਇਆ ਜੀ, ਕਿ ਗੋਡਸ ਰੂਲ ਕਰਨ ਵਾਸਤੇ ਕਿੰਗ ਚਾਹੀਦਾ ਉਹਨਾਂ ਦੀ ਮੈਥੋਲੋਜੀ 'ਚ। ਅਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਵੀ ਜਿਹੜਾ ਨਾ ਉਹ ਤੇਰੇ ਦਰ 'ਤੇ ਬੈਠਾ। ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਦੋਸਤ ਪੀਪਲ ਹੂ ਹੈਵ ਗੋਟ ਸਪੈਸ਼ਲ ਪਾਵਰਸ, ਉਹ ਵੀ ਤੇਰੇ ਦਰਬਾਰ 'ਤੇ ਬੈਠੇ ਨੇ। ਗਾਵੇ ਜੱਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਜਿਹਨਾਂ ਕੋਲ ਜੱਤੀ ਹੈ, ਸਤੀ ਹੈ, ਸੰਤੋਖ ਹੈ, ਇਹ ਸਾਰੀਆਂ ਪ੍ਰੋਪਰਟੀਜ਼ ਨੇ। ਅਲੱਗ ਅਲੱਗ ਜਿਹੜੇ ਜੋਗੀ ਨੇ, ਗਾਵਨ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ, ਜਿਹੜੇ ਵੇਦ ਪੜ੍ਹ ਪੜ੍ਹ ਕੇ ਜੁਗਾਂ ਜੁਗਾਂ ਤੋਂ ਬੈਠੇ ਨੇ। ਗਾਵੇ ਮੋਹਣੀਆ ਮਨ ਮੋਹਨ, ਸੁਰਗਾ ਮੱਚ ਪਿਆ ਨੇ। ਜਿਹੜੇ ਵੱਖਰੇ ਵੱਖਰੇ, ਜਿਹੜੇ ਤੁਸੀਂ ਕ੍ਰਿਸ਼ਨਾ ਦੀ ਗੱਲ ਕਰ ਰਹੇ ਹੋ, ਮੋਹਣੀਆਂ ਦੀ ਗੱਲ ਕਰ ਰਹੇ ਹੋ, ਜਿਹੜੇ ਤੁਹਾਡੇ ਵਿਸ਼ਵਾਮਿੱਤਰ ਹੈ ਉਹਨੂੰ ਵੀ ਮੋਹਣੀ ਨੇ ਮੋਇਆ ਸੀ, ਇੱਦਾਂ ਦੇ ਪਤਾ ਨਹੀਂ ਕਿੰਨੇ ਪੰਡਿਤ ਨੇ ਜਿਹੜੇ ਜਿਹੜੇ ਤੇਰੇ ਦਰਬਾਰ ਵਿੱਚ ਖਲੋ ਕੇ ਤੇਰੇ ਕੋਲ ਭੀਖ ਮੰਗਦੇ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਤਨਾਂ ਦੇ, ਤੇਰੇ ਬਣਾਏ ਹੋਏ ਰਤਨ, ਤੇਰੇ ਜੁਐਲਸ ਜਿਹੜੇ ਨੇ ਤੇਰੇ ਦਰਬਾਰ ਵਿੱਚ ਸ਼ੋਭਦੇ ਨੇ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਪਤਾ ਨਹੀਂ ਕਿੰਨੇ ਮਹਾਬਲੀ, ਕਿੰਨੇ ਬਾਹੂਬਲੀ, ਕਿੰਨੇ ਵੱਡੇ ਵੱਡੇ ਯੋਧੇ, ਵਾਰੀਅਰਸ ਆਫ ਆਲ ਏਜਸ, ਜਿੱਦਾਂ ਆਪਾਂ ਸਪਾਰਟਨਸ ਦੀ ਮੂਵੀ ਦੇਖਦੇ ਹਾਂ, ਇਹ ਦੇਖਦੇ ਹਾਂ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹ ਵੀ ਤੇਰੇ ਦਰਬਾਰ 'ਚ ਖਲੋ ਕੇ ਤੇਰੇ ਗੁਣ ਗਾਇਨ ਕਰਦੇ ਨੇ। ਗਾਵੇ ਖੰਡ ਮੰਡਲ ਵਰ ਵੰਡਾ, ਕਰਕ ਰੱਖੇ ਤਾਰੇ, ਨੌ ਗੁਰੂ ਸਾਹਿਬ ਦੁਨੀਆਂ ਤੋਂ ਬਾਹਰ ਜਾ ਰਹੇ ਨੇ, ਕਹਿੰਦੇ ਇਸ ਦੁਨੀਆਂ ਤੋਂ ਬਾਹਰ ਜਿਹੜੇ ਪਲਾਨਟਸ ਨੇ, ਗਲੈਕਸੀਸ ਨੇ, ਲੱਖਾਂ ਪਾਤਾਲ ਨੇ, ਉਹਨਾਂ ਦੇ ਖੰਡ ਮੰਡਲ ਵਰ ਵੰਡ ਵੀ ਤੇਰੇ ਅੱਗੇ ਖਲੋ ਕੇ ਤੇਰੇ ਕੋਲੋਂ ਭੀਖ ਮੰਗਦੇ ਨੇ। ਸਹੀ ਤੁਦਨੋਂ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ, ਕਹਿੰਦੇ ਉਹੀ ਤੈਨੂੰ ਗਾ ਸਕਦੇ ਨੇ ਜੋ ਤੈਨੂੰ ਚੰਗੇ ਲੱਗਦੇ ਨੇ। ਓਨਲੀ ਦੋਜ਼ ਪੀਪਲ ਕੈਨ ਸਿੰਗ ਐਂਡ ਕੰਟੈਂਪਲੇਟ ਐਂਡ ਰਿਫਲੈਕਟ ਔਨ ਗੁਰਬਾਣੀ, ਜੋ ਤੇਰੇ ਭਗਤੀ ਵਿੱਚ, ਤੇਰੇ ਰਸ ਵਿੱਚ ਗੁੱਧੇ ਹੁੰਦੇ ਨੇ। ਤੇਰੇ ਭਗਤ ਰਸਾਲੇ ਰੱਤੇ, ਤੇਰੇ ਭਗਤ ਰਸਾਲੇ, ਤੇਰੇ ਜਿਸ ਤਰ੍ਹਾਂ ਇੱਕ ਗੁਲਾਬ ਜਾਮੁਨ ਚਾਸ਼ਨੀ 'ਚ ਭਿੱਜਿਆ ਹੁੰਦਾ, ਅਤੇ ਜਦੋਂ ਮੈਨੂੰ ਈਟ ਗੁਲਾਬ ਜਾਮੁਨ, ਇਫ ਇਟ ਇਜ਼ ਫਿੱਕਾ ਫਰੋਮ ਇਟ ਸਾਈਡ ਇਨ ਸਾਈਡ, ਇਟਸ ਨੋਟ ਸਵੀਟ, ਵੀ ਨੋ ਦੈਟ ਇਟ ਹੈਜ਼ ਨੋਟ ਬੀਨ ਕੈਪਟ ਇਨ ਦਾ ਸ਼ੂਗਰ ਸਿਰਪ ਫੋਰ ਕੁਆਇਟ ਲੋਂਗ ਟੂ ਮੇਕ ਇਟ ਗੁੱਡ, ਬਟ ਇਫ ਇਟ ਇਜ਼ ਲੋਂਗ ਟਾਈਮ ਇਨ ਦਾ ਸ਼ੂਗਰ ਸਿਰਪ, ਇਫ ਯੂ ਟੇਕ ਦੈਟ ਗੁਲਾਬ ਜਾਮੁਨ, ਈਵਨ ਇਫ ਇਟ ਇਜ਼ ਵਿਦਆਊਟ ਸਿਰਪ, ਇਫ ਯੂ ਟੇਕ ਅ ਬਾਈਟ, ਇਟਸ ਟੋਟਲੀ ਸਵੀਟ ਇਨ ਸਾਈਡ ਆਊਟ। ਉਸ ਤਰੀਕੇ ਦੇ ਨਾਲ ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ, ਰੱਤੇ ਤੇਰੇ ਭਗਤ ਰਸਾਲੇ, ਦੇ ਆਰ ਐਬਜ਼ੋਰਬ ਇਨ ਦਾ ਨੇਮ ਆਫ ਵਾਹਿਗੁਰੂ। ਹੋਰ ਕਿਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਦੈਨ ਗੁਰੂ ਸਾਹਿਬ ਕਹਿੰਦੇ ਨੇ ਦ ਮੈਨੀ ਮੋਰ ਪੀਪਲ ਆਈ ਕਾਂਟ ਈਵਨ ਕਾਊਂਟ ਦੈਮ, ਮੇਰੇ ਚਿੱਤ ਨਹੀਂ ਆ ਰਹੇ, ਮੇਰੇ ਦੇ ਆਰ ਨੋਟ ਕਮਿੰਗ ਟੂ ਮਾਈ ਮਾਈਂਡ। ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ, ਵਟ ਕੈਨ ਨਾਨਕ ਟਾਕ ਅਬਾਊਟ ਦੈਟ, ਸਹੀ ਸੋਈ ਸੋਈ ਸਦਾ ਸਤ ਸਾਹਿਬ, ਸੱਚਾ ਸਾਚੀ ਨਾਈ, ਕਹਿੰਦੇ ਤੂੰ ਹੀ ਸੱਚਾ ਹੈ, ਤੇਰਾ ਨਾਮ ਸੱਚਾ ਹੈ, ਯੋਰ ਨੇਮ ਇਜ਼ ਟਰੂ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਨ ਰਚਾਈ, ਹੀ ਵਾਸ, ਪਹਿਲਾਂ ਵੀ ਸੀ, ਹੈ ਵੀ, ਹੋ ਸੀ, ਅੱਗੇ ਵੀ ਹੋਏਗਾ, ਜਾਏ ਨਾ ਜਾਸੀ, ਹੀ ਵਿਲ ਨੋਟ ਗੋ ਐਨੀਵੇਅਰ, ਹੀ ਵਿਲ ਆਲਵੇਜ਼ ਬੀ ਦੇਅਰ, ਵਿਲ ਡਾਈ, ਅਵਰ ਚਿਲਡਰਨ ਵਿਲ ਡਾਈ, ਅਵਰ ਚਿਲਡਰਨ ਚਿਲਡਰਨ ਵਿਲ ਡਾਈ, ਬਟ ਗੋਡ ਵਿਲ ਆਲਵੇਜ਼ ਬੀ ਦੇਅਰ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਨ ਰਚਾਈ, ਹੀ ਕ੍ਰੀਏਟਡ ਦਾ ਵਰਲਡ, ਰੰਗੀ ਰੰਗੀ ਪਾਤੀ ਕਰਕਰ ਜਿਨਸੀ ਮਾਇਆ ਜਿਨ ਪਾਈ, ਡਿਫਰੈਂਟ ਡਿਫਰੈਂਟ ਕਲਰਸ ਵਿੱਚ ਹੀ ਕ੍ਰੀਏਟਡ ਮਾਇਆ, ਐਂਡ ਹੀ ਕ੍ਰੀਏਟਡ ਇਟ, ਕਰਕਰ ਵੇਖਿਆ ਕੀਤਾ ਆਪਣਾ ਜਿਵਤ ਇਸ ਦੀ ਵਡਿਆਈ, ਹੀ ਕ੍ਰੀਏਟਡ ਇਟ, ਜਿਸ ਤਰ੍ਹਾਂ ਉਹਦੀ ਵਡਿਆਈ ਸੀ ਉਹਦੇ ਹਿਸਾਬ ਦੇ ਨਾਲ ਉਹਨੇ ਕ੍ਰੀਏਟ ਕੀਤਾ, ਜੋਤਿਸ਼ ਪਾਵੈ ਸੋਈ ਕਰਨਾ ਕਰਸੀ, ਫਿਰ ਹੁਕਮ ਨਾ ਕਰਨਾ ਚਾਹੀਏ, ਵਟ ਐਵਰ ਹੀ ਲਾਈਕਸ ਹੀ ਵਿਲ ਡੂ, ਕੋਈ ਉਹਨੂੰ ਹੁਕਮ ਨਹੀਂ ਕਰ ਸਕਦਾ। ਸੋ ਪਾਤਸ਼ਾਹ ਸਾਹਿਬ, ਪਾਤਸ਼ਾਹਿਬ ਨਾਨਕ ਰਹਿਣ ਰਜਾਈ, ਉਹ ਪਾਤਸ਼ਾਹ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ, ਹੀ ਇਜ਼ ਅ ਕਿੰਗ ਆਫ ਕਿੰਗਸ, ਔਰ ਸਾਡੀ ਭਲਾਈ ਇਹਦੇ 'ਚ ਹੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਉਹਦੀ ਰਹਿਣ ਵਿੱਚ, ਰਜਾਈ 'ਚ ਰਹੀਏ, ਸਾਨੂੰ ਰਹਿਣਾ ਹੀ ਪੈਣਾ, ਸਾਰੇ ਦੁਨੀਆ, ਸਾਰੀ ਸ੍ਰਿਸ਼ਟੀ, ਸਾਰੇ ਪਲਾਨਟਸ, ਸਾਰੇ ਇੰਦਰ, ਸਾਰੇ ਬ੍ਰਹਮਾ, ਜਿਹਨਾਂ ਨੂੰ ਅਸੀਂ, ਜਿਹਨੇ ਗੋਡਸ ਲੋਕ ਗੱਲ ਕਰਦੇ ਨੇ, ਦੇ ਆਰ ਆਲ ਲਿਵਿੰਗ ਇਨ ਦਾ ਰਜਾਈ, ਦਾ ਹੁਕਮ ਆਫ ਵਾਹਿਗੁਰੂ। ਮੁੰਦਾ ਸੰਤੋਖ ਸਰਮ ਪਚੋਲੀ, ਧਿਆਨ ਕੀ ਕਰੇ ਪੇਪੂ, ਜਿੱਥੇ ਗੁਰੂ ਨਾਨਕ ਦੇਵ ਜੀ ਇਜ਼ ਟਾਕਿੰਗ ਅਬਾਊਟ ਦ ਪੰਡਿਤਸ, ਦ ਪੰਡਿਤ ਸਾਹਿਬ ਮੁੰਦਰੀ, ਵੀ ਟਾਕਡ ਅਬਾਊਟ ਦ ਕਰੈਸ਼ ਕੋਰਸ ਵਿੱਚ ਆਪਾਂ ਗੱਲ ਕੀਤੀ ਸੀ, ਮੁੰਦਰੀਆਂ ਪਾਉਂਦੇ ਨੇ, ਦੇ ਹੈਵ ਅ ਝੋਲੀ ਟੂ ਸੀਕ, ਯੂ ਨੋ, ਫਰੀ ਰੋਟੀ ਫਰੋਮ ਦਾ ਡੋਰ ਟੂ ਡੋਰ, ਹੈ ਨਾ। ਗੁਰੂ ਸਾਹਿਬ ਉਹਨਾਂ ਨੂੰ ਕਹਿ ਰਹੇ ਨੇ ਮੁੰਦਾ ਸੰਤੋਖ, ਸੈਟਿਸਫੈਕਸ਼ਨ ਦੀ ਮੁੰਦਰੀ ਪਾਓ, ਇਹ ਮੁੰਦਰੀ ਕੰਨ ਪੀਅਰਸ ਕਰਕੇ ਪਾਉਣ ਦੀ ਲੋੜ ਨਹੀਂ, ਵੈਸੇ ਸਿੱਖਿਜ਼ਮ ਵਿੱਚ ਕੰਨ ਪੀਅਰਸ ਕਰਨਾ ਅਲਾਊਡ ਨਹੀਂ ਹੈ, ਗੋਡ ਇਜ਼ ਕ੍ਰੀਏਟਿਡ ਅ ਪਰਫੈਕਟ ਈਅਰ, ਦੇ ਇਜ਼ ਨੋ ਨੀਡ ਆਫ ਅ ਮੋਰੀ ਇਨਸਾਈਡ ਇਟ। ਮੁੰਦਾ ਸੰਤੋਖ, ਕਹਿੰਦੇ ਮੁੰਦਾ ਜਿਹੜਾ ਸੰਤੋਖ ਦਾ ਕਰੋ, ਸੈਟਿਸਫੈਕਸ਼ਨ ਦਾ ਕਰੋ। ਸਰਮ ਪਤ ਚੋਲੀ, ਜਿਹੜਾ ਸਰਮ, ਜਿਹੜੀ ਉੱਦਮ ਕਰੋ, ਕਿਰਤ ਕਰੋ, ਉਹਨੂੰ ਚੋਲੀ ਬਣਾਓ, ਕਿਰਤ ਨੂੰ ਚੋਲੀ ਬਣਾਓ, ਤੁਸੀਂ ਕਿਰਤ ਕਰੋਗੇ ਵਾਹਿਗੁਰੂ ਵਿਲ ਗਿਵ ਯੂ ਦ ਫਲ, ਸਾਰੇ
शर्म पच चोली ध्यान की करे विभूत, और जदो कम करे किरत करे नाल रिमेंबर वाहिगुरु। ध्यान दी पिपूत, पिपूत वो जी मत्थे ते जोगी पुट टिक्का ओवर देर कहते ये लाना, ये टिक्का लाने की लड़ नहीं है, मुंदरी लाने की लड़ नहीं, झोली की लड़ नहीं। सो संतोख सैटिस्फैक्शन ध्यान राज याद करना वाहिगुरु और शर्म करम किरत करनी इतों आँदी है नाम जपो किरत करो वन छको वाली गल। खिंता काल कुआरी काया जुगत डंडा प्रतीत, कहते खिंता अपनी जी गोदड़ी है ना उसे तू याद रख लै कि मैं मरना है, पहला मरण कबूल। कुआरी काया जुगत करी काया यानी कि तेरी जी काया शरीर है इनू कोई दाग ना लगे, काम क्रोध लोभ मोह कर दाग ना लगे। स्टे अवे फ्रॉम द फाइव इविल्स। जुगत डंडा प्रतीत दे तरीका सीख लै, इनू डंडा बना लै, ये तरीका सीख लै कि सैटिस्फैक्शन की मुंदरी, ध्यान की विभूत, किरत दी झोली, एंड दैन उसके बाद मौत को याद रख और अपने आप को काम को लोमों कर तो बचा के रख, संगत कर, एंड दैन डंडा बना लै जुगत का तरीके का, इस जुगती का, इस तरीके का, इस रेसिपी का। तो कहते आई पंथी सगल जमाती मन जीते जगदीत। आई पंथी करके एक टोली हुई है संतों की, देवस ग्रुप ऑफ ग्रुप ऑफ जोगीस, इन द जोगीस ऑल्सो दे क्रिएटेड क्लासेस। फनी दैट पीपल क्रिएट क्लास एवरीवेयर। First, some people said that I want to meet God, so I will be, you know, becoming a Brahmin and then I will reach God. Other people cannot reach God. Within Brahmin, some people left their home and they did not have wives and kids. And they became a jogi. And jogi 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 became a jogi. And the problem is ego. The level which basically problem ego. The Guru Sahib caste system is against the level. The Guru Sahib said, I panth is a top panth. उन्होंने कह रहे हैं कि सारी जी दुनिया है वो तेरा आई पंथ है। आई पंथ वाले की प्रॉब्लम है वो आई पंथ वाले, दे ओनली डील विद आई पंथ पीपल, दे डोंट सिट एंड हैव लंगर विद एनीबडी हु इज नॉट आई पंथ। जस्ट लाइक यू कैन सी दैट इवन इन सिखिज्म टुडे देयर आर सम जथेबंदीज हु विल नॉट ईट लंगर इन द गुरुद्वारा बिकॉज इट्स कुक्ड बाय समबडी एल्स। दे विल गो टू सम प्लेस एंड नॉट ईट समबडीज प्लेस इवन इफ ही इज अमृतधारी बिकॉज ही इज नॉट फ्रॉम हिज जथा। सारे बोलो जी वाहेगुरु। आई पंथी कहते आई पंथी ये डिफरेंशिएशन बंद कर दे, सारी दुनिया सगल जमाती, सारी दुनिया नु करके जान, मन जीते जगदीत, अपने मन नु जित लै, ईगो नु छड्ड दे। आई पंथी सगल जमाती मन जीते जगदीत, आदेश से आदेश, सल्यूट टू दैट गॉड, आद अनिल अनाद अनाहत जुग जुग एको वेस। आद यानी ही वॉज देयर फ्रॉम द पास्ट, अनिल मीनस उन्हू नील कलंक नहीं लग सकता, ही कैन नॉट बी ब्लैमिश्ड, उहदे ते कोई दाग नहीं। नोबडी कैन से गॉड ने इदां कीता, गॉड ने इदां कीता, नो, वो हमेशा इमैकुलेट अनटच्ड रहेगा, निरंजन रहेगा। आद अनिल अनाद दैट मीन्स द सोर्स ऑफ द वर्ल्ड, आद मीन्स द सोर्स ऑफ द वर्ल्ड इज वाहेगुरु, अनाद मीन्स ही डजंट हैव अ सोर्स, उहदे पिछे कोई नहीं है, उहदू कोई जन्म देने वाला नहीं है, क्रिएट करने वाला नहीं है। आद अनिल अनाद अनाहत जाने उन्हूं नाश भी नहीं कर सकते, नाहत जाने नाश करना, अनाहत जुग जुग एको वेस, ही इज ऑलवेज देयर। सारे बोलो जी वाहेगुरु, वाहेगुरु। अगे गुरु साहब कहते हैं आप नाथ नाथी सब जाकी रित दौरा साध, रित सिद्धि जो द पंडित सू टेक रित सिद्धि जोगी दे अब नाथ, उन्होंने एक लीडर उन्होंने नाथ कहते हैं। गुरु साहब कहते हैं यह सारे का नाथ है वाहेगुरु, यह रित सिद्ध जी है ना, यदा कोई टेस्ट सिखिज्म नहीं है, यह अवरा साध, रित सिद्ध अवरा साध, जिन्होंने वाहेगुरु को मिलना, वेरी क्लीयर लाइन है। दोस्त वॉन्ट टू मीट वाहेगुरु दे विल नॉट डू भगती टू गैट पावर्स, दोस्त आर डूइंग भगती and trying to seek powers, I will do bhakti and I will get this power, I will get that power, kande that's avarasa, that's the different direction, that's not the direction of those who want to meet vaheguru. Sare bolo ji vaheguru. Sanjog vijog dui kar chalave likhi aave paag, sanjog vijog is janam de te pichle janam de, we have mother father sister, they are based on our sanjog, and vijog the separation of the sangat, udai sangat, the sangat that we get today, I might be today in a sangat which is misleading me, and tomorrow I might be in a sangat which is taking me towards the guru. It's very difficult to figure it out. Is sanjog vijog ne, and they continue balancing. Jidda sada bank account har mahine upar thalle janda na, sade karma de naal jede jehdi cheezan si bhavna karke kitiyan ne unna de naal sade sanjog vijog utte thalle hunde ne, and we walk away from the guru or towards the guru. We know many people who take amrit and they then later on drink alcohol and later on they even cut their hair. Because it's sanjog vijog da chakkar hai, kyunki they got a chance to come to sangat, but when they came there, unhan utte bhavna karke pyar naal apna mann nahi laya, seva nahi kiti, and their account started diminishing, and when their account started diminishing,
You can't stay in a five-star hotel. You need to go to a lower grade hotel. So they get the sangha changes. From there, they have to work hard and come back to that level. Sare bolo ji Waheguru. Sanjog jog dohi kar chalave. This sanjog and vijog kar chalande ne, kam chalande ne raita. Likhi ave paag. Paag de naal jo paag. Paag ki ne. The actions done with love. Gurdwara lai paavani. Itna dasvan dwar dikhaya. Aakho ji Waheguru. Next page se chale apa. जिदा जिदा पग के जावे थोड़ा जा लंबा होएगा आदेश सिसे आदेश आद अनिल अनाद अनाह जुग जुग इको वेस अगली पौड़ी च गुरु साहब गल कर रहे हैं ब्रह्मा विष्णु महेश की जिन्हों आम हिंदू मैथोलॉजी मना जाता है कि द वर्ल्ड इज रन बाय देम दे थिंक दिस वे आई वॉन्ट एक्सप्लेन ऑल द किड्स दे थिंक दैट ब्रह्मा ही इज अ गाय विद थ्री हेड्स ही इज अ क्रिएटर ऑफ द वर्ल्ड नो ही इज अ नॉलेज गाय ही इज अ ज्ञान वाला बंदा ही यूज टू डू ऑल द रिसर्च एक्सपेरिमेंट्स ऑफ बॉटनी एंड ह्यूमन humans and human anatomy so no they talk about gyan brahma gyan wala banda he gives knowledge to the world how to run the world vishnu they think is the creator and they think krishna is also from the vishnu lineage and shankar the one who has a snake in the head and a jura and he has all you know he wears a small lion cloth and he has got all you know rak all his body that guy is considered called shankar mahadev that guy They think that he is a destroyer. So Vishnu is a creator. He is a destroyer. Recently, there was also a movie Shivai in which the song was Karvinash, Karvinash. Do destruction, because Shankar is considered destruction. Shankar has snake around his head to explain that I am here to destroy, and God will destroy everything that He will create. So they think that these three type of people actually there were many Shankars, many Brahma, many Vishnus all over the world, and they thought they were the same, but. Brahma, Vishnu and Mahesh, these people used to run the society in old days. Mahesh means Mahadev. So Guru Sahib kare ne ekka mai jugat vyai tin chele parwan. Kade ek mai, Maya, the Maya that God created, had three chelas, three disciples. Who were the three disciples? Ek sansari, creator, ek pandari, jo pandar parda, ek lai di paun. Ek sansar nu pura knowledge dinda, ek pandar dinda, create karda. Sansar dinda, Brahma. Pandari, He gives enough to people, Vishnu, and then ek lai di baan. One takes a baan, the arrow, and destroys everything. That's Shankar. Kande, jiv tis paave, tive chalave hove farmaan, tive jiv hove farmaan. Vaheguru creates the world the way he wants to create. And this is just a delusion. Agge Guru Sahib kande ne, o vekhe, unna nadar na aave, bota hai vidaan. E Brahma Vishnu Mahesh jina di asa gala kar rahe hai. Unna nu kare ne, Guru Sahib is telling, that you think that they are controlling, but they cannot see Vaheguru. But oh vekha, Vaheguru can see him, but they cannot see him. Oh vekha, unna nadar na aave. Bohut aaye banan. The best part is, majhe di gal hai, ki jinnu tusi rab man rahe ho, oh Vaheguru nu dekh nahi sakda, par Vaheguru unna nu dekh sakda. Aadesh tise aadesh, aad anil, anad anahat, jug jug ekko ves. Next jehdi paudi hai, Guru Sahib again says a very very important thing. He says that whatever the world created, he put everything in one time. For example, we buy a house, Then we want grocery, we go every week to grocery. Every week the grocery gets over. We want stationery for our school, every week it gets over. Back to school moment, we go back and we buy pencils, we buy erasers, because it gets finished, it gets consumed. But Guru Sahib kehnde ne, Vaheguru ne jo kuch paya so ikka var. Asan loye loye pandar, jo kuch paya so ikka var. Kar kar vekhe sirjanhar, nanak sache ki sachi kar. Whatever he put only one time. And some of you will realize when you study about energy that there is a theorem which says that the energy in the universe remains constant. Doesn't that ring a bell? This is what Guru Nanak Dev Ji said. Asan loye loye pandar, jo kich paya so ikka var, kar kar vekhe sirjanhar, nanak sache ki sachi kar, aadesh se aadesh, aad anil anad anahat, jug jug ek hoves. Agli paudi ch Guru Sahib kehnde ne, ik duji po lakh hove, lakh hoye, lakh hove, lakh vis. Guru Ji says, मेरे को एक दो जीव हो ना वन टू टंग्स हो तो दे लखा हो जान 100,000 हो लख मींस 100,000 एंड लख होवे लख 20 ओदे बाद 20 लाख हो जान 20 100,000 2 मिलियन हो जान इवन देन मिलियन मिलियन टाइम्स लख लख गेड़ा मिलियन मिलियन टाइम्स मैं ओदा नाम लवा लख लख गेड़ा आखी है एक नाम जगदीश पावी कट सारे बोलो जी वाहेगुरु ए तरा पत पौड़िया चढ़िए होए कीस कहंदे मैं इन्नी वारी नाम ले लां ओदे नाल मेरा कृपा तो हो जाएगी पर ਜਿਹੜਾ ਰਸਤਾ ਨਾ ਚੜ੍ਹਨ ਦਾ ਰਸਤਾ ਤੁਹਾਨੂੰ ਦੱਸਦਾ ਵਾ ਕਿੱਦਾਂ ਚੜ੍ਹਨਾ ਰਸਤਾ
ਇਹ ਚੜ੍ਹਦਾ ਰਸਤਾ ਇਹ ਤੇਰਾ ਪਤ ਪੌੜੀਆਂ, ਇਹ ਰਸਤਾ ਹੈ ਪਤੀ ਦੀਆਂ ਪੌੜੀਆਂ ਦਾ, ਪਤ ਪੌੜੀਆਂ ਜਾਣੇ ਪਤੀ ਦੀਆਂ ਪੌੜੀਆਂ, ਚੜੀਏ ਹੋਏ 21 ਇਹਦੇ ਤੇ ਚੜ੍ਹਨਾ ਉਹਦੇ ਨਾਲ ਇੱਕ ਮਿਕ ਹੋ ਕੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਇਹ ਤੇਰਾ ਪਤ ਪਵੜੀਆ ਚੜੀਏ ਹੋਏ 21 ਸੁਣ ਗਲਾ ਆਕਾਸ਼ ਕੀ ਕੀਟਾ ਇਰੀਸ ਲੁਕਿੰਗ ਐਟ ਦ ਸਕਾਈ, ਸਾਡੇ ਵਰਗੇ ਕੀੜਿਆਂ ਨੂੰ ਵੀ ਸ਼ੌਂਕ ਆ ਗਿਆ ਸ਼ਾਇਦ ਸਾਨੂੰ ਵੀ ਗੁਰੂ ਸਾਹਿਬ ਆਪਣੀ ਗੋਦੀ 'ਚ ਬਿਠਾ ਲੈਣਗੇ, ਆਖੋ ਜੀ ਵਾਹਿਗੁਰੂ। ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਐਂਡ ਦਿਸ ਕਮਸ ਓਨਲੀ ਵਿਦ ਦ ਬਲੈਸਿੰਗ ਆਫ ਵਾਹਿਗੁਰੂ, ਅਦਰਵਾਈਜ਼ ਸਾਰੀ ਬੋਸਟਿੰਗਸ ਅਸੀਂ ਇਹਨੇ ਪਾਠ ਕਰ ਲਏ ਉਹ ਕਰ ਲਏ ਸਭ ਕੂੜੀ ਕੂੜਾ ਠੀਸ। ਲਾਸਟ ਚੀਜ਼ ਗੁਰੂ ਸਾਹਿਬ ਕਹਿੰਦੇ ਨੇ, ਸਮ ਪੀਪਲ ਥਿੰਕ ਦੈਟ ਬਾਏ ਹਾਰਟ ਬਾਏ ਜ਼ੋਰ ਬਾਏ ਡੋਮੀਨੈਂਸ ਦੇ ਕੈਨ ਗੈਟ ਸਮਥਿੰਗ ਫਰੋਮ ਗੋਡਸ ਕੋਰਟ। ਗੁਰੂ ਸਾਹਿਬ ਕਹਿੰਦੇ ਨੇ, ਆਖਣ ਜ਼ੋਰ ਚ ਪੈਣਾ ਜ਼ੋਰ, ਦੇਰ ਇਜ਼ ਨੋ ਪਾਵਰ ਇਨ ਯੂ ਸਪੀਕਿੰਗ, ਨੋ ਪਾਵਰ ਇਨ ਯੂ ਕੀਪਿੰਗ ਕੁਆਇਟ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਯੂ ਕਾਂਟ ਫੋਰਸਫੁਲੀ ਆਸਕ ਫਰੋਮ ਹਿਮ ਐਂਡ ਯੂ ਕਾਂਟ ਫੋਰਸਫੁਲੀ ਗਿਵ ਟੂ ਸੰਬਡੀ, ਔਰ ਕਿਸੇ ਕੋਲੋਂ ਮੰਗਣ ਵਾਸਤੇ ਵੀ ਭਿਖਾਰੀ ਬਣਨ ਵਾਸਤੇ ਜ਼ੋਰ ਨਹੀਂ ਤੁਹਾਡਾ ਚੱਲਣਾ ਕਿ ਮੈਂ ਨਹੀਂ ਬਣਨਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਦੇਰ ਇਜ਼ ਨੋ ਪਾਵਰ ਇਨ ਯੂ ਲਿਵਿੰਗ ਔਰ ਡਾਇੰਗ, ਜ਼ੋਰ ਨਾ ਰਾਜ ਮਾਲ ਮਨਸੂਰ, ਯੂ ਹੈਵ ਨੋ ਪਾਵਰ ਟੂ ਗੈਟ ਅ ਕਿੰਗਡਮ, ਯੂ ਹੈਵ ਨੋ ਪਾਵਰ ਟੂ ਗੈਟ ਮਨੀ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਯੂ ਹੈਵ ਨੋ ਪਾਵਰ ਟੂ ਇਵਨ ਸਿਟ ਐਂਡ ਲਿਸਨ ਟੂ ਦੀਸ ਮੀਨਿੰਗਸ ਔਰ ਐਨੀ ਅਦਰ ਕਥਾ ਅਬਾਊਟ ਦਾ ਗੁਰੂ, ਐਂਡ ਯੂ ਕਾਂਟ ਡੂ ਗਿਆਨ ਵਿਚਾਰ ਅਨਲੈਸ ਹੀ ਗਿਵਸ ਇਟ ਟੂ ਯੂ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਯੂ ਕਾਂਟ ਲੀਵ ਦਿਸ ਵਰਲਡ ਸਾਈਕਲ ਆਫ ਲਾਈਫ ਲਾਈਫ ਐਂਡ ਡੈਥ ਵਿਦਆਊਟ ਹਿਸ ਪਰਮਿਸ਼ਨ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਇਫ ਯੂ ਸੰਬਡੀ ਥਿੰਗਸ ਦੈਟ ਉਹਦੇ ਕੋਲ ਜ਼ੋਰ ਹੈ, ਹੀ ਹੈਜ਼ ਦਾ ਪਾਵਰ ਟੂ ਡੂ ਐਨੀਥਿੰਗ, ਹੀ ਕੈਨ ਟ੍ਰਾਈ ਇਟ। ਨਾਨਕ ਉੱਤਮ ਨੀਚ ਨਾ ਕੋਈ, ਗੁਰੂ ਸਾਹਿਬ ਕਹਿੰਦੇ ਨੇ, ਨੋਬਡੀ ਇਜ਼ ਲੋਅਰ ਦੈਨ ਹਿਮ ਬਿਕੋਜ਼ ਹੀ ਡਜ਼ਨਟ ਅੰਡਰਸਟੈਂਡ ਦ ਪਾਵਰ ਆਫ ਗੋਡ। ਰਾਤੀ ਰੁੱਤੀ ਥਿੱਤੀ ਵਾਰ, ਰਾਤੀ ਕਹਿੰਦੇ ਨੇ ਰਾਤ ਨੂੰ, ਰੁੱਤੀ ਕਹਿੰਦੇ ਨੇ ਸੀਜ਼ਨ ਨੂੰ, ਥਿੱਤੀ ਜਾਣੇ ਡੇਟ ਨੂੰ, ਨਾਈਟ ਡੇਜ਼ ਵੀਕ ਸੀਜ਼ਨਸ, ਪੌਣ ਪਾਣੀ ਅਗਨੀ ਪਾਤਾਲ, ਏਅਰ ਵਾਟਰ ਐਂਡ ਫਾਇਰ ਐਂਡ ਦ ਨੈਦਰਲੈਂਡਸ, ਦਿਸ ਵਿਟ ਧਰਤੀ ਥਾਪ ਰੱਖੀ ਧਰਮਸਾਲ, ਇਨ ਦੀਸ ਹੀ ਕ੍ਰੀਏਟਿਡ ਦ ਵਰਲਡ, ਹੀ ਕ੍ਰੀਏਟਿਡ ਅ ਰਿਜ਼ਰਵਾਇਰ ਆਫ ਦ ਵਰਲਡ, ਧਰਤੀ ਅਰਥ, ਦਿਸ ਵਿਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਦ, ਹੀ ਕ੍ਰੀਏਟਿਡ ਮੈਨੀ ਡਿਫਰੈਂਟ ਟਾਈਪ ਆਫ ਐਨੀਮਲਸ, ਬਰਡਸ, ਬੰਬਲ ਬੀਜ, ਬਟਰਫਲਾਈਜ਼, ਐਂਡ ਜਿੰਨੇ ਤੁਸੀਂ ਦੇਖੋ, ਯੂ ਗੋ ਟੂ ਦ ਜ਼ੂ, ਯੂ ਸੀ ਔਨ ਇੰਟਰਨੈਟ ਕਿੰਨੇ ਵੱਖਰੇ ਵੱਖਰੇ ਐਨੀਮਲਸ ਨੇ, ਤਿਨਕੇ ਨਾਮ ਅਨੇਕ ਅਨੰਦ, ਐਵਰੀਥਿੰਗ ਹੈਜ਼ ਅ ਡਿਫਰੈਂਟ ਨੇਮ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇਨ ਇਸ ਕੋਰਟ ਹੀ ਡਿਸਾਈਡਸ ਵਟ ਵੀ ਵਿਲ ਬਿਕਮ ਅਵਰ ਨੈਕਸਟ ਲਾਈਫ ਬੇਸਡ ਔਨ ਅਵਰ ਕਰਮੀ, ਬੇਸਡ ਔਨ ਅਵਰ ਐਕਸ਼ਨਸ, ਉਹ ਵਿਚਾਰ ਕਰਦਾ ਹੈ, ਸੱਚਾ ਉਹ ਆਪ ਹੈ, ਉਹਦਾ ਦਰਬਾਰ ਦਾ ਫੈਸਲਾ ਸੱਚਾ ਹੈ, ਤਿੱਥੇ ਸੋਹਣ ਪੰਜ ਪਰਵਾਨ, ਇਨ ਇਸ ਕੋਰਟ ਜਿਹੜੇ ਪੰਜ ਪਰਵਾਨ ਆਪਾਂ ਪਹਿਲਾਂ ਪੜ੍ਹਿਆ ਸੀ, ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਸੋਏ ਦਾ ਰਾਜਾਨ, ਉੱਥੇ ਸੋਂਦੇ ਨੇ, ਉਹਦੇ ਕੋਲ ਬੈਠਦੇ ਨੇ, ਦੇ ਸਟੇ ਦੇ, ਦੇ ਡੋਨਟ ਟੂ ਕਮ ਬੈਕ ਟੂ ਦ ਲਾਈਫ ਸਾਈਕਲ ਆਫ ਡੈਥ ਐਂਡ ਬਰਥ ਐਂਡ ਡੈਥ, ਨਦਰੀ ਕਰਮ ਪਵੇ ਨਿਸ਼ਾਨ, ਵਿਦ ਇਸ ਬਲੈਸਿੰਗ ਉਹਨਾਂ ਦੇ ਮੱਥੇ 'ਤੇ ਨਿਸ਼ਾਨ ਪੈ ਜਾਂਦਾ ਕਿ ਦੀਸ ਆਰ ਦ ਮਾਰਕਡ ਵਨਸ, ਪੰਚ ਨੇ, ਕੱਚ ਪਕਾਈ ਉੱਥੇ ਪਾਈ, ਕੱਚਿਆਈ ਪਕਿਆਈ ਉੱਥੇ ਪਤਾ ਲੱਗਦੀ ਹੈ, ਇੱਥੇ ਨਹੀਂ ਪਤਾ ਲੱਗਦੀ ਹੈ ਬੰਦਾ ਬੁਰਾ ਹੈ ਜਾਂ ਮਾੜਾ, ਜੈਸ ਆਈ ਸੈਡ ਲਾਸਟ ਟਾਈਮ, ਗੁਰੂ ਜੀ ਨੈਵਰ ਮਾਰਕਸ ਪੀਪਲ, ਹੀ ਮਾਰਕਸ ਐਕਸ਼ਨਸ, ਕੱਚੀ ਪੱਕੀ ਗੱਲ ਉੱਥੇ ਪਤਾ ਲੱਗਣੀ ਹੈ, ਨਾਨਕ ਗਿਆ ਜਾਪੇ ਜਾ, ਜਦੋਂ ਉੱਥੇ ਜਾਵਾਂਗੇ ਉੱਥੇ ਹਿਸਾਬ ਕਿਤਾਬ, ਉੱਥੇ ਜਾਪਿਆ ਜਾਏਗਾ, ਉੱਥੇ ਸਮਝਿਆ ਜਾਏਗਾ, ਅਗੇਨ ਦੇਖ ਲਓ ਉੱਥੇ ਜਾਪੇ ਦਾ ਮੀਨਿੰਗ ਹੈ ਸਮਝਣਾ, ਅਸੀਂ ਜਾਪ ਦਾ ਮਤਲਬ ਕੁਝ ਹੋਰ ਸਮਝਦੇ ਹਾਂ, ਜਾਪ ਸਾਹਿਬ ਦਾ ਮੀਨਿੰਗ ਜਾਪਿਆ, ਉਹ ਜਾਪ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦੇ ਨੂੰ ਜਾਪਣ ਦੀ ਕੋਸ਼ਿਸ਼ ਕੀਤੀ ਹੈ, ਅਨਾਮੰਗ ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਉਹਦੇ ਕੁਆਲਿਟੀਜ਼ ਦੀ ਗੱਲ ਕੀਤੀ ਹੈ, ਨਾਨਕ ਗਿਆ ਜਾਪਿਆ ਜਾਏ, ਕਹਿੰਦੇ ਨਾਨਕ ਉੱਥੇ ਜਾ ਕੇ ਜਾਪਿਆ ਜਾਏਗਾ ਤੇਰੇ ਨਾਲ ਕੀ ਹੋਣਾ। ਅਗਲੀ ਜਿਹੜੀ ਪੌੜੀ ਹੈ ਉਹ ਸ਼ੁਰੂ ਕਰ ਦਿੰਦੀ ਹੈ ਪੰਜਾਂ ਖੰਡਾਂ 'ਚੋਂ ਇੱਕ ਕਰਮ, ਜੋ ਗੁਰੂ ਸਾਹਿਬ ਨੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ, ਦੀਸ ਆਰ ਕੰਸਿਡਰਡ ਐਸ ਡਿਫਰੈਂਟ ਲੈਵਲਸ ਆਫ ਟੀਚਿੰਗ ਵਾਹਿਗੁਰੂ, ਐਂਡ ਧਰਮ ਖੰਡ ਦਾ ਇਹ ਉਹ ਧਰਮ ਜੋ ਉੱਤੇ ਦੱਸਿਆ ਨਾ, ਸਭ ਜੋ ਕੁਝ ਉੱਤੇ ਦੱਸਿਆ ਹੁਣ ਤੱਕ, ਗੁਰੂ ਸਾਹਿਬ ਕਹਿੰਦੇ ਨੇ ਧਰਮ ਖੰਡ ਹੈ, ਦਿਸ ਇਜ਼ ਅ ਨੌਲੇਜ, ਵੈਨ ਯੂ ਗੈਟ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਨੌਲੇਜ ਟੈਲ ਯੂ ਅਬਾਊਟ ਗਿਆਨ ਖੰਡ, ਧਰਮ ਖੰਡ ਦਾ ਕੀ ਧਰਮ ਹੈ, ਧਰਮ ਖੰਡ ਵਾਲੇ ਨੂੰ ਸਮਝ ਆ ਜਾਂਦਾ ਕਿ ਮੇਰਾ ਲੇਖਾ ਜੋਖਾ ਹੋਣਾ ਉੱਤੇ ਜਾ ਕੇ, ਇਹ ਧਰਮ ਖੰਡ ਦਾ ਧਰਮ, ਧਰਮ ਵਾਲਾ ਬੰਦਾ ਡਰਦਾ ਹੈ, ਹੀ ਇਜ਼ ਫੀਅਰਫੁਲ ਆਫ ਗੋਡ, ਉਹਨੂੰ ਭੈ ਹੈ ਵਾਹਿਗੁਰੂ ਦਾ, ਉਹ ਗਲਤ ਕੰਮ ਕਰਨ ਤੋਂ ਪਹਿਲਾਂ 10 ਵਾਰੀ ਸੋਚਦਾ ਕਿ ਮੇਰਾ ਵਾਹਿਗੁਰੂ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਧਰਮ ਖੰਡ ਕਾ ਇਹੋ ਧਰਮ। ਗਿਆਨ ਖੰਡ ਕਾ ਆਖੋ ਕਰਮ, ਗਿਆਨ ਖੰਡ 'ਚ ਕੀ ਹੁੰਦਾ ਹੈ, ਰੀਅਲਾਈਜੇਸ਼ਨ ਹੁੰਦੀ, ਕਿਤੇ ਪੌਣ ਪਾਣੀ ਬਸੰਤਰ ਕਿਤੇ ਕਾਨ ਮਹੇਸ਼, ਕਹਿੰਦੇ ਕਿੰਨੇ ਪਾਣੀ ਕਿੰਨਾ ਵਿੰਡ ਕਿੰਨੇ ਕ੍ਰਿਸ਼ਨਾ ਕਿੰਨੇ ਸ਼ਿਵ, ਜ਼ਿਆਦਾ ਸੈਡ ਲਾਸਟ ਟਾਈਮ ਲਾਸਟ ਪੇਜ 'ਤੇ ਮੈਂ ਬੋਲਿਆ, ਕਿੰਨੇ ਹੀ ਬ੍ਰਹਮਾ ਨੇ ਕਿੰਨੇ ਹੀ ਕ੍ਰਿਸ਼ਨਾ ਨੇ ਕਿੰਨੇ ਹੀ ਸ਼ਿਵਾ ਨੇ, ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਨੇ, ਕਿਤੇ ਕਾਨ ਮਹੇਸ਼ ਕਿਤੇ ਬਰਮੇ ਗੜਦ ਗੜੀਏ ਰੂਪ ਰੰਗ ਕੇ ਵੇਸ, ਕਿਤੇ ਕਰਮ ਭੂਮੀ ਮੇਰ, ਕਿੰਨੇ ਮਾਊਂਟਨਸ ਕਿੰਨੇ ਧੂਪ ਕਿਤੇ ਧੂਪ ਦੇਸ, ਕਿਤੇ ਕਿਤੇ ਧੂਪ ਦੇਸ, ਧੂਪ ਮੀਨਸ ਭਗਤ, ਕਿੰਨੇ ਹੀ ਭਗਤ, ਕਿਤੇ ਇੰਦ ਚੰਦ ਸੂਰ, ਹਾਊ ਮਨੀ ਇੰਦ ਚੰਦ ਸੂਰ, ਇੰਦ ਮੀਨਸ ਇੰਦਰ ਵਰਗੇ ਦੇਵਤੇ ਜਿਹਨਾਂ ਨੂੰ ਤੁਸੀਂ ਗੋਡ ਮੰਨਦੇ ਹੋ, ਚੰਦਰਮਾ, ਮੂਨ, ਕਿੰਨੇ ਮੂਨਸ ਕਿੰਨੇ ਸੈਟੇਲਾਈਟ ਪਲਾਨਟਸ, ਕਿੰਨੇ ਚੰਦ ਸੂਰ, ਸੂਰ ਜਾਣੇ ਸਨ,
Well, no. We recently got a report from NASA that there are many suns around us. We know that. But Guruji said it before they knew that. Kete in the Chandasur, kete mandal de, so many galaxies. Kete Siddhu Buddhanath, kete Devi Ves. Kinne Siddhu Buddhanath, kete Deviya, kete Dev Danam Mun, kete Ratan Smund, kete Akhani, kete Abani. Kinne vast oceans of, you know, diamond de Khan, Kolyan de Khan. Kete Akhani, Khan means the mines. Khan, and Canada is big in mining, you know that, right? Canada is big in mining industry. ਤੇ ਕਹਿੰਦੇ ਮਾਈਨ ਮਾਈਨ ਸੁਣਨੇ ਦਿੱਤੀ ਹੈ ਨਾ ਕਿਤੇ ਅਖਾਣੀ ਕਿਤੇ ਬਾਣੀ ਕਿੰਨੀਆਂ ਬਾਣੀਆਂ ਕਿਤੇ ਪਾਤ ਨਰਿੰਦ ਕਿੰਨੀਆਂ ਲੈਂਗੁਏਜਸ ਕਿੰਨੇ ਕਿੰਨੇ ਰਾਜੇ ਕਿੰਨੇ ਰੂਲਰਸ ਕਿਤੇ ਸੁਰਤੀ ਸੇਵਕ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਕਿੰਨੇ ਬੰਦੇ ਉਹਨੇ ਬਣਾ ਕੇ ਰੱਖੇ ਕਿਤੇ ਕਿਤੇ ਉਹਦਾ ਅੰਤ ਹੀ ਨਹੀਂ ਕੋਈ ਦੇਰ ਇਜ਼ ਨੋ ਲਿਮਿਟ ਗਿਆਨ ਖੰਡ ਮੇਂ ਗਿਆਨ ਪ੍ਰਚੰਡ ਇਨ ਗਿਆਨ ਖੰਡ ਵੀ ਰੀਅਲਾਈਜ਼ ਦਿਸ ਦੈਟ ਵੀ ਆਰ ਵੈਰੀ ਸਮਾਲ ਐਂਡ ਹੀਜ਼ ਵੈਰੀ ਬਿਗ ਐਂਡ ਵੀ ਬਿਕਮ ਹੰਬਲ ਤਿੱਥੇ ਨਾਦ ਵਿਨੋਦ ਕੋਡ ਅਨੰਦ ਉੱਥੇ ਜਿਹੜਾ ਨਾ ਜਿਹੜਾ ਨਾਦ ਦੀ ਜਿਹੜੀ ਹੈ ਧੁਨੀ ਵੱਜਦੀ ਹੈ ਕਿ ਮੈਂ ਤਾਂ ਕੁਛ ਵੀ ਨਹੀਂ ਪਰਮਾਤਮਾ ਤੂੰ ਹੀ ਸਭ ਕੁਛ ਹੈ ਔਰ ਇਹੀ ਮਿਊਜ਼ਿਕ ਮਨ 'ਚ ਵੱਜਦਾ ਉਹਨੂੰ ਨਾਦ ਵਿਨੋਦ ਕੋਡ ਆਨੰਦ ਕਰਨੀ ਇੰਨੀ ਬੇਨਤੀ ਪ੍ਰਵਾਨ ਕਰਨਾ ਜੀ ਅਤੇ ਆਓ ਹੁਣ ਆਪਾਂ ਚੈਟ 'ਤੇ ਵਾਪਸ ਸਾਰੇ ਆਪਣੇ ਮਾਈਕ ਚਾਲੂ ਕਰ ਸਕਦੇ ਨੇ